ਵਚਨਬੱਧ ਹੈ। ਹਰਿਆਣਾ ਚੋਣਾਂ ਨੂੰ ਮਨਪ੍ਰੀਤ ਕਿਵੇਂ ਦੇਖ ਰਹੇ ਹੋ? ਪਹਿਲਾਂ ਕਿਆ ਸਰਾਈਆਂ ਕਾਂਗਰਸ ਦੀਆਂ ਸੀਗੀਆਂ, ਨਤੀਜੇ ਕੁਛ ਹੋਰ ਆ ਰਹੇ? ਕਿਆ ਸਰਾਈਆਂ ਪ੍ਰੈਸ ਦੀਆਂ ਹੋ ਸਕਦੀਆਂ ਜਾਂ ਜਿਹੜੇ ਐਗਜ਼ਿਟ ਪੋਲ ਕਰਦੇ ਆ? ਸਾਨੂੰ ਦਰਅਸਲ ਪਤਾ ਸੀ ਕਿ ਜਿਹੜੇ ਪਿਛਲੇ 15 ਦਿਨਾਂ ਦੇ ਵਿੱਚ ਦੇਖੋ ਭਾਈ ਸਾਹਿਬ, ਗੱਲ ਇਹ ਹੈ ਕਿ ਅਕਸਰ ਜਿਹੜਾ ਨਾ ਉਹ ਮੈਂ ਗ੍ਰੰਥਾਂ 'ਚ ਪੜ੍ਹਿਆ ਕਿ ਪਰਮਾਤਮਾ ਨੇ ਲਿਖਿਆ ਕਿ ਸੱਚ ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ ਸੱਚ ਨੇ ਹਮੇਸ਼ਾ ਸਾਹਮਣੇ ਆਉਣਾ। ਔਰ ਰੱਬ ਨੇ ਕਿਹਾ ਕਿ ਮੈਂ ਸੱਚੇ ਬੰਦੇ ਦਾ ਸਾਥ ਦਿਊਂਗਾ। ਹਰਿਆਣੇ ਦੇ ਲੋਕ ਜਿਹੜੇ ਹੈ ਇਹ ਸਮਝਦਾਰ ਲੋਕ ਹੈ, ਇਹ ਅਕਲਮੰਦ ਲੋਕ ਹੈ, ਔਰ ਇਹਨਾਂ ਨੂੰ ਆਪਣੇ ਨਫੇ ਨੁਕਸਾਨ ਦਾ ਪਤਾ ਹੈ, ਇਹਨਾਂ ਨੂੰ ਸ਼ਰਾਬ ਅਤੇ ਸ਼ਰਬਤ ਦਾ ਫਰਕ ਪਤਾ ਹੈ, ਇਹਨਾਂ ਨੂੰ ਆਪਣੇ ਬੁਰੇ ਭਰੇ ਦੀ ਤਮੀਜ਼ ਹੈ। ਔਰ ਜੋ ਪਿਛਲੇ 10 ਸਾਲ ਦੇ ਵਿੱਚ ਹਰਿਆਣਾ ਦੇ ਵਿੱਚ ਜੋ ਡਿਵੈਲਪਮੈਂਟ ਹੋਈ ਹੈ ਹਰਿਆਣਾ ਦੀ, ਇਹ ਜਾਂ ਤਾਂ ਉਹ ਜਾਣਦੇ ਹੈ। ਔਰ ਪੰਜਾਬ ਅਤੇ ਹਰਿਆਣਾ ਦੋ ਸਕੇ ਭਰਾ ਹੈ, ਇੱਕ ਮਾਂ ਦੀ ਔਲਾਦ ਹੈ। ਅਸੀਂ ਚਲੋ ਭਰਾ ਅੱਡ ਹੋ ਜਾਂਦੇ ਹੈ, ਕੋਈ ਵੱਡੀ ਗੱਲ ਨਹੀਂ ਹੈ, ਪੰਜਾਬ ਅਤੇ ਹਰਿਆਣਾ ਅੱਡ ਹੋ ਗਏ। 60-40 ਦੇ ਵਿੱਚ ਅਸੀਂ ਸਾਰੀ ਆਪਣੀ ਮਾਂ ਬਾਪ ਦੀ ਜਾਇਦਾਦ ਪੰਜਾਬ ਅਤੇ ਹਰਿਆਣੇ ਨੇ ਵੰਡ ਲਈ। ਥੋੜ੍ਹਾ ਜਿਹਾ ਹੋ ਸਕਦਾ ਅਸੀਂ ਬੇਈਮਾਨੀ ਇਹ ਕਰ ਗਏ ਕਿ ਹਰਿਆਣੇ ਨੂੰ ਅਸੀਂ ਬੰਜ਼ਰ ਜ਼ਮੀਨ ਦੇ ਦਿੱਤੀ, ਯੂਨੋ ਰੋਹਤਕ, ਭਵਾਨੀ, ਮਹਿੰਦਰਗੜ੍ਹ, ਰਿਵਾੜੀ, ਜਿਹੜੀ ਕਿ ਟੋਇਆਂ ਟਿੱਬਿਆਂ ਵਾਲੀ ਜ਼ਮੀਨ ਸੀ, ਚੰਗੀ ਚੰਗੀ ਜ਼ਮੀਨ ਪੰਜਾਬ ਕੋਲ ਰਹਿ ਗਈ। ਔਰ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ, ਅੱਜ ਹਰਿਆਣੇ ਦੀ ਜਿਹੜੀ ਆਮਦਨ ਹੈ, ਜਿਹਨੂੰ ਅਸੀਂ ਫਾਈਨੈਂਸ ਦੇ ਵਿੱਚ ਰੈਵੀਨਿਊ ਕਹਿ ਦਿੰਦੇ ਹਾਂ, ਪੰਜਾਬ ਨਾਲੋਂ ਦੁੱਗਣਾ ਨਹੀਂ, ਤਿੱਗਣਾ ਨਹੀਂ, ਚੌਗਣਾ ਨਹੀਂ, 5 ਗੁਣੇ ਜ਼ਿਆਦਾ। ਉਹ ਜਿਹੜਾ ਸਾਡਾ ਛੋਟਾ ਭਰਾ ਜਿਹਨੂੰ ਅਸੀਂ ਬੰਜਰ ਜ਼ਮੀਨ ਦੇ ਕੇ ਗਏ ਸੀ, ਅੱਜ 5 ਗੁਣਾ ਉਹਦੀ ਆਮਦਨ ਹੈ, 5 ਪੌੜੀਆਂ ਪੰਜਾਬ ਤੋਂ ਉੱਤੇ ਚੜ੍ਹ ਗਿਆ। ਹਾਲਾਂਕਿ ਪੰਜਾਬ ਨੂੰ 10 ਪੌੜੀਆਂ ਉੱਤੇ ਚਾਹੀਦਾ ਸੀ, ਕਿਉਂਕਿ ਸਾਡੇ ਕੋਲ ਤਾਂ ਜ਼ਮੀਨਾਂ ਚੰਗੀਆਂ ਸੀ। ਸੋ ਮੇਰਾ ਕਹਿਣ ਦਾ ਮਤਲਬ ਕਿ ਇਹ ਲੋਕ ਜਿਹੜੇ ਆ ਆਪਣਾ ਨਫਾ ਨੁਕਸਾਨ ਸਮਝਦੇ ਆ। ਉੱਥੇ ਜਿਹੜਾ ਪਿਛਲੇ 10 ਸਾਲ ਦਾ ਦੌਰ ਚੱਲਿਆ, ਉਹਨੇ ਹਰਿਆਣੇ ਨੂੰ ਬਹੁਤ ਅੱਗੇ ਲੈ ਕੇ ਗਏ।